ਫੈਕਟ ਨੇ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਤੇ ਨਾਲ-ਨਾਲ ਮਾਮਲੇ ਵੀ ਕਈ ਸਾਹਮਣੇ ਆ ਰਹੇ ਨੇ ਖਾਸ ਕਰਕੇ ਪੰਜਾਬ ਤੋਂ ਤੇ ਉਸ ਮਾਮਲੇ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਜਾਂ ਫਿਰ ਕਈ ਲੋਕ ਨੇ ਉਹ ਸਿੱਕੀ ਸਰੂਪ ਦੇ ਵਿੱਚ ਹੁੰਦੇ ਨੇ ਤੇ ਚੋਰੀ-ਚਿਕਾਰੀ ਕਰਦੇ ਨਜ਼ਰ ਆਉਂਦੇ ਨੇ ਇੱਕ ਹੋਰ ਮਾਮਲਾ ਜਿਹੜਾ ਜਲੰਧਰ ਤੋਂ ਸਾਹਮਣੇ ਆਇਆ ਉਸ ਤੋਂ ਪਹਿਲਾਂ ਜਿਹੜਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸੀਗਾ ਪੰਜਾਬ ਦੇ ਬਕਵਾਕ ਇਲਾਕਿਆਂ ਤੋਂ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਨੇ ਸਾਹਮਣੇ ਆਉਂਦੇ ਨੇ ਜਦੋਂ ਉਸ ਤੋਂ ਬਾਅਦ ਪੁਲਿਸ ਵੱਲੋਂ ਫੜਿਆ ਜਾਂਦਾ ਆ ਉਧਰ ਦੇ ਲੋਕਾਂ ਵੱਲੋਂ ਫੜਿਆ ਜਾਂਦਾ ਤੇ ਪਤਾ ਲੱਗਦਾ ਕਿ ਆਖਰ ਇਹ ਸਿੱਕੀ ਸਰੂਪ ਪਾਇਆ ਹੋਇਆ ਸੀ ਜਾਣ ਕੇ ਕਿ ਲੋਕਾਂ ਦੀ ਨਜ਼ਰਾਂ ਤੋਂ ਬਚ ਸਕੇ ਤੇ ਚੋਰੀ ਚਕਾਰੀ ਕਰ ਸਕੇ ਤੇ ਬਾਬਾ ਜੀ ਸਾਡੇ ਨਾਲ ਨੇ ਹਰਦੀਪ ਸਿੰਘ ਜੀ ਗੱਲ ਕਰ ਲੈਨੇ ਆ ਆਖਰ ਬਾਬਾ ਜੀ ਹੋ ਕਿਉਂ ਰਿਹਾ ਇਹ ਪ੍ਰਵਾਸੀ ਵੀ ਹੁੰਦੇ ਆ ਕਈ ਪੰਜਾਬ ਦੇ ਲੋਕ ਵੀ ਹੁੰਦੇ ਆ ਸਿੱਕੀ ਸਰੂਪ ਪਾਇਆ ਹੁੰਦਾ ਸਾਰੀ ਚੀਜ਼ ਤੇ ਉਸ ਤੋਂ ਬਾਅਦ ਚੋਰੀ ਚਕਾਰੀਆਂ ਕਰਦੇ ਵੇ ਲੂਟ ਪਾਰਟ ਕਰਦੇ ਵੇ ਨਜ਼ਰ ਆਉਂਦੇ ਨੇ ਆਖਰ ਮਸਲਾ ਕੀ ਹੈਗਾ ਤੇ ਪਿੱਛੇ ਕਾਰਨ ਕੀ ਸਮਝਦੇ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਹਾਡਾ ਕੁਐਸਚਨ ਹੈ ਉਹਦਾ ਰਿਪਲਾਈ ਦੇਖੋ ਇਹ ਹੈ ਕਿ ਮਤਲਬ ਈਜ਼ੀ ਹਾਈਡ ਕਰਨਾ ਈਜ਼ੀ ਹੈ ਕਿਉਂਕਿ ਸਿੱਖੀ ਸਰੂਪ ਇੱਕ ਜਿਹੜਾ ਪਹਿਲੇ ਸਮੇਂ ਤੋਂ ਹੀ ਪ੍ਰਾਤਨ ਸਮੇਂ ਤੋਂ ਹੀ ਜਿਹੜੇ 올ਡ ਟਾਈਮ ਚ ਜਦੋਂ ਕਚੇਰੀਆਂ ਲੱਗਦੀਆਂ ਸੀਗੀਆਂ ਜੇ ਇੱਕ ਸਿੱਖ ਖੜ ਜਾਂਦਾ ਸੀ ਮੁਗਲਾਂ ਦੇ ਟਾਈਮ ਤੇ 100 ਬੰਦੇ ਦੂਜੇ ਪਾਸੇ ਪਰ ਫੇਰ ਵੀ ਸਿੱਖ ਦੀ ਗੱਲ ਕਹੀ ਹੋਈ ਸੱਚੀ ਮੰਨੀ ਜਾਂਦੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੀਆਂ ਸਿੱਖੀ ਦੀ ਜੜਾਂ ਨੇ ਉਹ ਬਹੁਤ ਮਜ਼ਬੂਤ ਨੇ ਤੇ ਇਹ ਸੱਚ ਤੇ ਖੜੇ ਆ ਸਿੱਖੀ ਜਿਹੜੀ ਹੈ ਬੇਸਿਕਲੀ ਸੱਚ ਤੇ ਖੜੀ ਹੈ ਤੇ ਅੱਜ ਦੇ ਟਾਈਮ 'ਚ ਕੀ ਹੋ ਰਿਹਾ ਹੈ ਕਿ ਆਪਾਂ ਜਿਹੜੀ ਆਪਣੀ ਐਕਚੁਅਲ ਸਿੱਖੀ ਸਿਧਾਂਤ ਨੇ ਉਹਨਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਨੰਬਰ 2 ਜਿਹੜੇ ਨੰਬਰ 2 ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਵਿੱਚ ਚੋਰੀ ਜਾਂ ਡਰੱਗਸ ਲਾ ਲੋ ਤੁਸੀਂ ਇਹ ਕਰਦੇ ਨੇ ਉਹਨਾਂ ਲਈ ਹਾਈਡ ਕਰਨਾ ਈਜ਼ੀ ਹੋ ਜਾਂਦਾ ਬਿਕਾਜ਼ ਉਹਨਾਂ ਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਦਸ ਸਾਰ ਬਣ ਕੇ ਜਾਵਾਂਗੇ ਕਿ ਸਾਡੇ ਤੇ ਕੋਈ ਸ਼ੱਕ ਨਹੀਂ ਕਰੇਗਾ ਔਰ ਯਾ ਅਸੀਂ ਸ਼ੀਰੀ ਸਾਹਿਬ ਪਾ ਲਈ ਔਰ ਅਮਰਤ ਨਹੀਂ ਛਕਿਆ ਹੋਇਆ ਤੇ ਇਹੋ ਜਿਹੇ ਜਿਹੜੇ ਆਪਣੀ ਕਮਿਊਨਿਟੀ ਦੇ ਵਿੱਚ ਚੋਰ ਬੜੇ ਹੋਏ ਨੇ ਉਹਨਾਂ ਨੂੰ ਡੈਫੀਨੇਟਲੀ ਪਛਾਣਨ ਦੀ ਲੋੜ ਹੈ ਫੜਨ ਦੀ ਲੋੜ ਹੈ ਬਿਕੋਜ਼ ਇਹੋ ਜਿਹੇ ਹੀ ਲੋਕ ਨੇ ਜਿਹੜੇ ਸਿੱਖੀ ਨੂੰ ਢਾਲਾ ਰਹੇ ਨੇ ਪਰ ਇਹਦੇ ਪਿੱਛੇ ਮੇਨ ਕਾਰਨ ਕੀ ਸਮਝਦੇ ਹਾਂ ਕਿਉਂਕਿ ਲਗਾਤਾਰ ਕਹੀਂ ਪਹਿਲੇ ਵੀ ਚਰਚਾਵਾਂ ਹੁੰਦੀਆਂ ਰਹੀਆਂ ਕਿ ਸਿੱਖੀ ਨੂੰ ਕਿਤਨਾ ਕਿਤੇ ਢਾਲ ਲਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਤੇ ਪਿੱਛੇ ਕారణ ਕੀ ਸਮਝਦੇ ਹੋ ਮਨਸ਼ੇ ਕੀ ਸਮਝਦੇ ਹੋ ਕਿ ਆਖਰ ਇਹ ਲੋਕ ਕੀ ਕਰ ਕਿਉਂ ਰਹੇ ਨੇ ਦੇਖੋ ਇਹ ਸਭ ਤੋਂ ਪਹਿਲਾਂ ਤਾਂ ਹੈਗਾ ਫਸਟ ਪੁਆਇੰਟ ਅਵੇਅਰਨੈਸ ਅਵੇਅਰਨੈਸ ਹੀ ਨਹੀਂ ਹੈਗੀ ਬਹੁਤ ਘੱਟ ਅਵੇਅਰਨੈਸ ਹੈ ਕਿ ਐਕਚੁਅਲ 'ਚ ਸਿੱਖੀ ਹੈ ਕੀ ਹੈ ਜਦੋਂ ਤੱਕ ਆਪਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਸਿੱਖੀ ਕੀ ਹੈ ਔਰ ਅਸੀਂ ਸਿਰਫ ਮੱਥੇ ਟੇਕਣ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਨਾ ਪੜਦੇ ਨਹੀਂ ਪੜਕੇ ਸਮਝਦੇ ਨਹੀਂ ਸਮਝ ਕੇ ਸਮਝ ਕੇ ਆਪਣੀ ਲਾਈਫ ਚ ਲੈ ਕੇ ਨਹੀਂ ਆਉਂਦੇ ਜਿਹੜੀ ਇੱਕ ਸ਼ਬਦ ਗੁਰੂ ਦੀ ਵਿਚਾਰਤਾ ਰਹਿ ਉਦੋਂ ਤੱਕ ਸਾਨੂੰ ਸਿੱਖੀ ਨਹੀਂ ਸਮਝ ਆਣੀ ਕਿ ਐਕਚੁਅਲ ਚ ਸਿੱਖੀ ਸਿਧਾਂਤ ਕੀ ਨੇ ਔਰ ਸਿੱਖੀ ਫਲਸਫਾ ਕੀ ਹੈ ਬਰ ਦੂਜੇ ਪਾਸੇ ਹੀ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਕਮਿਊਨਿਟੀ ਦੇ ਵਿੱਚ ਆਪਣੀ ਜਿਹੜੀ ਇੱਕ ਪੰਜਾਬ 'ਚ ਜਿਵੇਂ ਨਸ਼ੇ ਵਧੇ ਹੋਏ ਨੇ ਆ ਇਹ ਜਿਹੜੇ ਚੋਰ ਨੇ ਜਿਹੜੇ ਸਨੇਚਿੰਗਸ ਕਰ ਰਹੇ ਨੇ ਲੇਡੀਜ਼ ਜਾਂਦੀਆਂ ਹੁੰਦੀਆਂ ਨੇ ਸੜਕ ਤੇ ਉਹਦੇ ਉੱਤੇ ਨਾਲ ਦੀ ਨਾਲ ਹੀ ਉਹਨਾਂ ਦੀ ਕਿਸੇ ਦੀ ਚੇਨ ਜਾਂ ਕਿਸੇ ਦੀ ਕੋਈ ਹੋਰ ਔਰਨਮੈਂਟਸ ਖਿੱਚ ਕੇ ਲੈ ਗਏ ਇਹੋ ਜਿਹੇ ਜਿਹੜੇ ਲੋਕ ਨੇ ਡਰੱਗਸ ਦੀ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਇਹ ਥੋੜਾ ਜਿਹਾ ਸਾਡੀ ਸਰਕਾਰਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਉਹ ਪ੍ਰੋਪਰਲੀ ਇਹੋ ਜਿਹੇ ਚੋਰਾਂ ਨੂੰ ਫੜਨ ਔਰ ਬੇਨਕਾਬ ਕਰਨ ਪਰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਇੱਕ طرف ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਪੰਜਾਬ ਦੇ ਵਿੱਚ ਵਧ ਰਹੀਆਂ ਨੇ ਦੂਜੀ طرف ਸਿੱਕੇ ਰੂਪ ਪਾ ਕੇ ਚੋਰੀਆਂ ਚਕਾਰੀਆਂ ਹੋ ਰਹੀਆਂ ਨੇ ਲੋਕਾਂ ਨੂੰ ਨੁਕਸਾਨ ਪੰਚਾਇਤ ਦੀ ਕੋਸ਼ਿਸ਼ ਜਿਹੜੀ ਹੈ ਕੁਝ ਕਿ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਨਹੀਂ ਡੈਫੀਨੇਟਲੀ ਦੇਖੋ ਇਹ ਸਾਨੂੰ ਬੈਕ ਦਾ ਬੈਕ ਟੂ ਦਾ ਰੂਟਸ ਆਨ ਦੀ ਲੋਡ ਹੈਗੀ ਹੈ ਪ੍ਰਾਤਨ ਸਮੇਂ ਚ ਪੁਰਾਣੇ ਜਿਹੜਾ ਸਮਾਂ ਸੀਗਾ ਸਾਡਾ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਟਾਈਮ ਦਾ ਉਦੋਂ ਜਿੰਨੇ ਵੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਸੀ ਉਹ ਸਾਡੀ ਅਕਾਲੀ ਫੌਜ ਕੋਲ ਸੀਗੀ ਤੇ ਉਦੋਂ ਜਦੋਂ ਗੁਰਦੁਆਰਾ ਸਾਹਿਬ ਚ ਆਂਦੇ ਸੀ ਜੇ ਕੋਈ ਨਤਮਸਤਕ ਹੋਣ ਆਂਦਾ ਸੀ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਨੇ ਅਕਾਲ ਦੀ ਉਸਤਤ ਕਰਨੀ ਹੈ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਇੱਕ ਆਰਾਧਨਾ ਲਈ ਉਹ ਆਂਦੇ ਸੀਗੇ ਉੱਥੇ ਆ ਕੇ ਨਤਮਸਤਕ ਹੁੰਦੇ ਸੀ ਪਰ ਹੁਣ ਜਿਹੜਾ ਹੈਗਾ ਜਿਹੜਾ ਅੱਜ ਦੇ ਟਾਈਮ ਜਿਹੜਾ ਕਨਸੈਪਟਿਕ ਚੱਲ ਰਿਹਾ ਹੈ ਗੁਰਦੁਆਰਿਆਂ ਦਾ ਉਹ ਜਸਟ ਕਿਤੇ ਨਾ ਕਿਤੇ ਗੋਲ ਘੰਟਾਂ ਤੱਕ ਸੀਮਿਤ ਹੋ ਕੇ ਰਹਿ ਗਏ ਤੇ ਉਸ ਚੀਜ਼ ਲਈ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਹਰ ਇੱਕ ਗੁਰਦੁਆਰਾ ਸਾਹਿਬ ਚ ਘਟੋ ਘਟ ਦੋ ਨਿਹੰਗ ਸਿੰਘ ਅਪਾਇੰਟ ਕਰਨੇ ਚਾਹੀਦੇ ਨੇ ਜਿਨ੍ਹਾਂ ਨੂੰ ਪ੍ਰੋਪਰ ਉੱਥੇ ਜੌਬ ਹੋਏ ਔਰ ਉੱਥੇ ਉਹਨਾਂ ਨੂੰ ਪ੍ਰੋਪਰ ਸੈਲਰੀ ਮਿਲੇ ਰੀਜ਼ਨ ਬੀਇੰਗ ਤਾਂਕਿ ਉਹ ਆਪਣਾ ਇਕਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਪ੍ਰੋਪਰ ਤਾਬਿਆਂ 'ਚ ਬਹਿ ਕੇ ਅਖੰਡ ਪਾਠ ਸਾਹਿਬ ਕਰਨ ਜਾਂ ਜਿਹੜੀ ਨਾਰਮਲ ਮਰਿਆਦਾ ਹੈ ਡੇ ਟੂ ਡੇ ਲਾਈਫ ਉਹ ਵੀ ਕਰਨ ਉਸ ਤੋਂ ਇਲਾਵਾ ਈਵਨਿੰਗ ਕਲਾਸਿਸ ਹੋਣ ਤਾਂਕਿ ਜਿਹੜੇ ਉਸ ਏਰੀਆ ਦੇ ਬੱਚੇ ਨੇ ਉਹਨਾਂ ਨੂੰ ਸ਼ਸਤਰ ਵਿਦਿਆ ਵੀ ਪ੍ਰੋਪਰ ਮਿਲੇ ਅਸੀਂ ਦੇਖੋ ਜਿਹੜੀ ਸਿੱਖੀ ਹੈ ਉਹ ਕੱਲੀ ਇੱਕ ਆਪਣਾ ਸੰਤ ਔਰ ਸਿਪਾਹੀ ਦਾ ਕਨਸੈਪਟ ਹੈ ਕੱਲਾ ਸੰਤ ਦਾ ਕਨਸੈਪਟ ਨਹੀਂ ਹੈਗਾ ਤਾਂ ਇਸ ਕਰਕੇ ਜਿਹੜੀ ਆਪਣੀ ਅਗਲੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਸਾਡਾ ਜਿਹੜਾ ਐਕਚੁਅਲ ਸਿੰਗ ਸੰਤ ਸਿਪਾਹੀ ਵਾਲਾ ਕਨਸੈਪਟ ਹੈ ਉਹ ਕੀ ਕਨਸੈਪਟ ਹੈ ਔਰ ਉਸ ਦੇ ਨਾਲ ਹੋਏਗਾ ਕਿ ਕਿ ਜੇ ਜੇ ਦੋ ਦੋ ਸਿੰਘ ਮੈਂ ਤਾਂ ਕਹਿੰਦਾ ਪੰਜ ਪੰਜ ਸਿੰਘ ਹੋਣ ਪਰ ਜੇ ਅਸੀਂ 2 2 ਸਿੰਘਾਂ ਤੋਂ ਵੀ ਸਟਾਰਟ ਕਰ ਲਈਏ 2 2 ਸਿੰਘ ਹਰ ਗੁਰਦੁਆਰਾ ਸਾਹਿਬ 'ਚ ਹੋਣਗੇ ਤੇ ਜਿਹੜੇ ਇਹ ਬੇਅਦਬੀਆਂ ਕਰਨ ਆਉਂਦੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਠੱਲ ਪਏਗੀ ਬਿਕਾਉਜ਼ ਉਹਨਾਂ ਨੂੰ ਪਤਾ ਹੋਵੇਗਾ ਕਿ ਅੱਗੇ ਗੁਰੂ ਦੀ लाਡਲੀ ਫੌਜ ਖੜੀ ਹੈ ਔਰ ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਦੇਲ ਵੀ ਅਵੇਅਰ ਆਫ ਇਟ ਪਰ ਕੀ ਲੱਗਦਾ ਹੈਗਾ ਕਿ ਕਾਰਵਾਈ ਕੀ ਹੋਣੀ ਚਾਹੀਦੀ ਹੈ ਇਹਨਾਂ ਤੇ ਨਹੀਂ ਡੈਫੀਨੇਟਲੀ ਦੇਖੋ ਇਹੋ ਜਿਹੇ ਜਿਹੜੇ ਚੋਰ ਨੇ ਜਿਹੜੇ ਆਪਣੇ ਸਿੱਖੀ ਸਰੂਪ ਚ ਵੜ ਕੇ ਔਰ ਇਹੋ ਜਾਂ ਘਾਣ ਕਰ ਰਹੇ ਨੇ ਜਿਸ ਤੋਂ ਕਿ ਇੱਕ ਸਿੱਖਾਂ ਦੇ ਉੱਤੋਂ ਵੀ ਆਪਣਾ ਸਿੰਘਾਂ ਦੇ ਉੱਤੋਂ ਵੀ ਬਲਕਿ ਮੈਂ ਕਹੂੰਗਾ ਕਿ ਇੱਕ ਟਰਸਟ ਜਿਹੜਾ ਹੈ ਉਹ ਖਤਮ ਹੁੰਦਾ ਹੈ ਜਦ ਤੁਸੀਂ ਕਿਸੇ ਪੱਗ ਬੰਨੇ ਹੋਏ ਨੂੰ ਦੇਖਦੇ ਹੋ ਕਿ ਉਹਨੇ ਚੋਰੀ ਕੀਤੀ ਹੈ ਔਰ ਜਦੋਂ ਪੁਲਸ ਨੂੰ ਫੜਦੀ ਹੈ ਜਿਵੇਂ ਹੁਣ ਜਲੰਧਰ 'ਚ ਹੀ ਹੋਇਆ ਪੁਲਸ ਨੇ ਫੜਿਆ ਤੇ ਬਾਅਦ 'ਚ ਪਤਾ ਲੱਗਿਆ ਕਿ ਉਹ ਬੰਦਾ ਮਤਲਬ ਕਟਸੜ ਹੈਗਾ ਉਹਨੇ ਜਸਟ ਇੱਕ ਪੱਗ ਬੰਨੀ ਹੋਈ ਸੀ ਜਸਟ ਟੂ ਸ਼ੋ ਦੈਟ ਹੀ ਇਜ਼ ਅ ਸਿੱਖ ਤਾਂ ਮੈਨੂੰ ਲੱਗਦਾ ਕਿ ਇਹੋ ਜਿਹੇ ਜਿਹੜੇ ਬਿਚ ਚੋਰ ਬੜੇ ਹੋਏ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਫੜਨਾ ਜ਼ਰੂਰੀ ਹੈ ਔਰ ਸਰਕਾਰਾਂ ਨੂੰ ਵੀ ਇਹ ਉਦਦਮ ਬਹੁਤ ਛੇਤੀ ਲੈ ਲੈਣਾ ਚਾਹੀਦਾ ਬਿਕੋਜ਼ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਔਰ ਹਰ ਇੱਕ ਨੇ ਸਾਨੂੰ ਕਿਹਾ ਕਿ ਜਿਹੜੇ ਡਰੱਗਸ ਹੈ ਉਹ ਛੇਤੀ ਤੋਂ ਅਸੀਂ ਅਸੀਂ ਆਪਣੇ ਇੱਕ ਵਾਰ ਬੰਦ ਜਾਈਏ ਤੇ ਅਸੀਂ ਰੋਕਾਂਗੇ ਬਟ ਅੱਜ ਵੀ ਡਰੱਗਸ ਤੋਂ ਆਪਣੇ ਸਾਹਮਣੇ ਹੀ ਹੈ ਕਿ ਕਿੱਦਾਂ ਖੁੱਲੇ ਆਮ ਡਰੱਗਸ ਵਿਕਦੇ ਨੇ ਪਰ ਉਹਦੇ ਉੱਤੇ ਕੋਈ ਰੋਕਥਾਮ ਨਹੀਂ ਹੈ ਲੱਗਦਾ ਨਹੀਂ ਕਿ ਐਸਡੀਪੀਸੀ ਨੂੰ ਵੀ ਕੁਝ ਨਾ ਕੁਝ ਕਦਮ ਉਠਾਣਾ ਚਾਹੀਦਾ ਨਹੀਂ ਡੈਫੀਨੇਟਲੀ ਦੇਖੋ ਜੇ ਉਹਨਾਂ ਨੇ ਕਦਮ ਚੱਕਣਾ ਹੁੰਦਾ ਹੁਣ ਤੱਕ ਤਾਂ ਉਹਨਾਂ ਨੇ ਚੱਕ ਲੈਣਾ ਸੀਗਾ ਐਸਜੀਪੀਸੀ ਜੋ ਹੈ ਉਹ ਜਸਟ ਇੱਕ ਮੈਨੇ ਡਾਊਟ ਆਪਣੇ ਕਈ ਸਿੰਘ ਸੋਚਦੇ ਨੇ ਕਿ ਉਹ ਸਰਮੌਰ ਸੰਸਥਾ ਹੈ ਉਹ ਹੈਗੇ ਨੇ ਡੈਫੀਨਿਟਲੀ ਉਹ ਇੱਕ ਸੰਸਥਾ ਹੈ ਬਟ that that is for the management of the gurudwaras ਤੇ ਸਾਰੇ ਗੁਰਦੁਆਰਾ ਸਾਹਿਬ ਐਸਜੀਪੀਸੀ ਦੇ ਅੰਡਰ ਨਹੀਂ ਹੈਗੇ ਕਈ ਗੁਰਦੁਆਰਾ ਸਾਹਿਬ ਐਸਜੀਪੀਸੀ ਦੇ ਅੰਡਰ ਨੇ ਕਈ ਗੁਰਦੁਆਰਾ ਸਾਹਿਬ ਬੁੱਢਾ ਦਲ ਦੇ ਅੰਡਰ ਨੇ ਔਰ ਕਈ ਗੁਰਦੁਆਰਾ ਸਾਹਿਬ ਜਿਹੜੇ ਨਾ ਐਸਜੀਪੀਸੀ ਦੇ ਅੰਡਰ ਨੇ ਨਾ ਬੁੱਢਾ ਦਲ ਦੇ ਅੰਡਰ ਨੇ ਉਹ ਪਿੰਡ ਪਿੰਡਾਂ ਦੇ ਹੀ ਅੰਡਰ ਨੇ ਜਿਹੜੀ ਪਿੰਡ ਦੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਜਾਂ ਕੋਈ ਕਿਸੇ ਨੇ ਆਪ ਮੁਹਾਰੇ ਜਿਹੜੇ ਗੁਰਦੁਆਰਾ ਸਾਹਿਬ ਖੋਲੇ ਹੋਏ ਨੇ ਤੇ ਸਾਨੂੰ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਇਹਨਾਂ ਨੂੰ ਸੈਂਟਰਲਾਈਜ਼ ਕਰਕੇ ਪਹਿਲਾਂ ਤਾਂ ਇੱਕ ਪ੍ਰੋਪਰ ਜਿਹੜਾ ਹੈਗਾ ਰਹਿਤ ਦੇ ਹਿਸਾਬ ਨਾਲ ਫੋਕਸ ਕਰਕੇ ਸਾਰਿਆਂ ਨੂੰ ਇਕੁਅਲਾਈਜ਼ ਕਰਨਾ ਚਾਹੀ ਵਿਲ ਕਮ ਟੂ ਦਾ ਪੁਆਇੰਟ ਔਰ ਸਾਰਿਆਂ ਚ ਜਿਹੜੀ ਹੈ ਮਰਿਆਦਾ ਵੀ ਇੱਕ ਹੋਏ ਇਸ ਟਾਈਮ ਮਰਿਆਦਾ ਵੀ ਅੱਡ ਅੱਡ ਚੱਲ ਰਹੀ ਹੈ ਪਰ ਅਵੇਅਰਨੈਸ ਕਿਸ ਤਰ੍ਹਾਂ ਲੱਗਦੀ ਹੈ ਕਿ ਅਵੇਅਰਨੈਸ ਦੀ ਸ਼ੁਰੂਆਤ ਕਿਸ ਤਰ੍ਹਾਂ ਹੋ ਸਕਦੀ ਹੈ ਕਿਉਂਕਿ ਇਦਾਂ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਸਿੱਖੀ ਸਰੂਪ ਪਾਇਆ ਹੋਇਆ ਔਰ ਨਾਲ ਹੀ ਨਾਲ ਕੁਝ ਕੁ ਲੋਕ ਡਰੱਗਸ ਕਰਦੇ ਨੇ ਉਹਨਾਂ ਦੀ ਪਛਾਣ ਕਿਸ ਤਰ੍ਹਾਂ ਹੋ ਸਕਦੀ ਹੈ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕੀਤਾ ਜਾ ਸਕਦਾ ਦੇਖੋ ਇਹ ਤਾਂ ਜਿਹੜੇ ਆਪਣੇ ਹਰ ਇੱਕ ਕੋਈ ਆਪਣੀ ਡਿਊਟੀ ਸਮਝੇ ਜੇ ਹੁਣ ਸਪੋਜ਼ ਮੈਂ ਲੈਟਸ ਸੇ ਮੈਂ ਤੁਰਿਆ ਹੋਇਆ ਹਾਂ ਰਾਈਟ ਥੈਨ ਮੈਂ ਆਪਣੀ ਡਿਊਟੀ ਸਮਝਦਾ ਹਾਂ ਕਿਉਂਕਿ ਇਹ ਪੰਜਾਬ ਆਪਣਾ ਹੈ ਇਹ ਕੰਟਰੀ ਜਿਹੜੀ ਆਪਣੀ ਇੰਡੀਆ ਹੈ ਇਹ ਆਪਣੀ ਹੈ ਜੇ ਅਸੀਂ ਇਹ ਪੰਜਾਬ ਨੂੰ ਅਸੀਂ ਆਪਣਾ ਸਮਝਦੇ ਹਾਂ ਐਂਡ ਦੈਟ ਇਜ਼ ਵਾਈ ਵੀ ਵਾਂਟ ਕਿ ਹਾਂ ਪੰਜਾਬ ਵਧੀਆ ਇੱਕ ਟਰੈਕ ਤੇ ਚੱਲੇ ਔਰ ਪੋਜ਼ਿਟਿਵ ਵੇਚ ਇਹਦੀ ਇੱਕ ਹੋਰ ਪਹਿਚਾਨ ਬਣੇ ਨਾ ਕਿ ਉਸ ਪਾਸੇ ਨੂੰ ਪਹਿਚਾਨ ਬਣੇ ਕਿ ਇੱਥੇ ਦੇ ਜਿਹੜੇ ਨੌਜਵਾਨ ਨੇ ਆ ਵਸਿੰਦੇ ਨੇ ਉਹ ਚੋਰੀਆਂ ਕਰਦੇ ਨੇ ਆ ਉਹ ਡਰੱਗਸ ਲੰਦੇ ਨੇ ਬਟ ਹੋਕ ਹੀ ਰਿਹਾ ਪ੍ਰੋਬਲਮ ਇੱਕ ਹੋਰ ਬਹੁਤ ਜਿਹੜੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਬਾਹਰੋਂ ਪ੍ਰਵਾਸੀ ਆਏ ਹੋਏ ਨੇ ਪਰਵਾਸੀਆਂ ਨੇ ਵੀ ਬਹੁਤ ਕੁਝ ਜਿਹੜਾ ਇਹ ਡਰੱਗਸ ਦਾ ਚੱਲ ਰਿਹਾ ਐ ਸਪੋਜ਼ ਆਪਾਂ ਕਹਿ ਲਈਏ ਕਿ ਡਰੱਗਸ ਦੀ ਇਧਰ ਉਧਰ ਜਿਹੜੀ ਹੈ ਸਮਗਲਿੰਗ ਆਪਣਾ ਕਰਕੇ ਆਪਣਾ ਵੇਚਣਾ ਜਾਂ ਸਪੋਜ਼ ਲੈਟਸ ਸੇ ਚੋਰੀਆਂ ਵਾਲੇ ਪਾਸੇ ਨੂੰ ਵੀ ਤੇ ਉਹ ਕਿਤੇ ਨਾ ਕਿਤੇ ਆਪਣੇ ਪੰਜਾਬ ਦਾ ਬਹੁਤ ਜ਼ਿਆਦਾ ਘਾਣ ਹੋ ਰਿਹਾ ਹੈ ਪਰ ਲੱਗਦਾ ਨਹੀਂ ਕਿ ਕਈ ਪਿੰਡਾਂ ਦੇ ਵਿੱਚ ਪੈਰੇ ਲੱਗੇ ਲੋਕੀ ਲੋਕਾਂ ਨੇ ਬੜੀ ਬਰੀਕੀ ਦੇ ਨਾਲ ਚੈੱਕ ਕਰਨਾ ਸ਼ੁਰੂ ਕਰਤਾ ਪਿੰਡਾਂ ਦੇ ਵਿੱਚ ਜਾਂ ਕੋਈ ਸਮਾਜ ਸੇਵੀ ਲੱਗੇ ਹੋਏ ਆ ਤਾਂ ਲੱਗਦਾ ਨਹੀਂ ਕਿ ਇਸ ਕਰਕੇ ਵੀ ਸਿੱਕੀ ਸਰੂਪ ਨੂੰ ਜਿਹੜਾ ਇਹ ਇਹ ਲੋਕ ਜਿਹੜੇ ਨੇ ਜਿਹੜੇ ਨਸ਼ਾ ਕਰਦੇ ਨੇ ਆ ਫਿਰ ਚੋਰੀ ਚਕਾਰੀ ਕਰਦੇ ਨੇ ਇਸ ਲਈ ਪਾਉਂਦੇ ਨੇ ਕਿ ਕਿ ਲੋਕਾਂ ਨੂੰ ਲੱਗੇ ਕਿ ਤਾਂ ਗੁਰੂ ਦਾ ਸਿੰਘ ਹੈ ਕਿ ਇਹਦੀ ਤਲਾਸ਼ੀ ਨਹੀਂ ਤਾਂ ਠੀਕ ਹੋਊਗਾ ਨਹੀਂ ਦੇਖੋ ਬਹੁਤ ਚੀਜ਼ਾਂ ਨੇ ਪਹਿਲੀ ਗੱਲ ਤਾਂ ਡੈਫੀਨੇਟਲੀ ਉਹ ਬਾਣੇ ਚ ਜਾਂ ਸਿੱਖੀ ਸਰੂਪ ਚ ਆਪਣੇ ਆਪ ਨੂੰ ਹਾਈਡ ਕਰਦੇ ਨੇ ਬਿਕੋਜ਼ ਉਹਨਾਂ ਨੂੰ ਪਤਾ ਹੈ ਇਹ ਈਜ਼ੀ ਵੇ ਆਊਟ ਹੈ ਜੇ ਉਹ ਚੋਰੀ ਕਰਕੇ ਜਾਂ ਕੋਈ ਚੀਜ਼ ਲੈਟ ਸੇ ਡਰੱਗਸ ਲੈ ਕੇ ਨਿਕਲ ਜਾਣਗੇ ਤਾਂ ਦੂਜਾ ਬੰਦਾ ਦੂਰੋਂ ਜਦੋਂ ਦੇਖਦਾ ਹੈ ਕਿ ਹਾਂਜੀ ਕੋਈ ਸਿੱਖੀ ਸਰੂਪ ਵਾਲਾ ਆ ਰਿਹਾ ਹੈ ਤੇ ਉਹ ਇਹੀ ਲੱਗਦਾ ਹੈ ਕਿ ਨਹੀਂ ਸਿੱਖ ਚੋਰੀ ਨਹੀਂ ਕਰ ਸਕਦੇ ਆ ਸਿੱਖ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਤਾਂ ਪਹਿਲਾਂ ਤਾਂ ਇਹੋ ਜੇ ਲੋਕਾਂ ਨੂੰ ਠੱਲ ਪਾਣ ਦੀ ਲੋੜ ਹੈ ਜਿਹੜੇ ਸਿੱਖੀ ਭੇਸ ਚ ਸਿੱਖੀ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਉਸ ਤੋਂ ਇਲਾਵਾ ਜਿਵੇਂ ਵੋਟਸ ਹੁੰਦੀਆਂ ਨੇ ਤੇ ਕਈ ਵਾਰ ਪਾਰਟੀਆਂ ਵੀ ਇਹੋ ਜਿਹੀ ਲੈਟਸ ਸੇ ਡਾਊਨ ਪਲੇ ਗੰਦੀ ਰਾਜਨੀਤੀ ਪਲੇ ਕਰਦੇ ਨੇ ਜਿਸ ਚੋਂ ਆਪ ਇਹੋ ਜਿਹੇ ਬੰਦੇ ਛੱਡ ਦਿੰਦੇ ਆ ਤਾਂ ਕਿ ਆਉਣ ਵਾਲੇ ਟਾਈਮ 'ਚ ਇੱਕ ਕੋਈ ਨਾ ਕੋਈ ਇਸ਼ੂ ਬਣੇ ਲੈਟਸ ਸੇ ਸਿੱਖ ਜਾਂ ਕੋਈ ਵਰਸਸ ਸਮਥਿੰਗ ਐਲਸ ਰਾਈਟ ਤਾਂ ਉਸ 'ਚ ਹੋਣਾ ਕੀ ਹੈ ਕਿ ਉਸ 'ਚ ਫਿਰ ਵੋਟਾਂ 'ਚ ਉਹਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਪਰ ਮੈਂ ਚਾਹੂੰਗਾ ਕਿ ਅਸੀਂ ਇਹੋ ਜੀ ਗੰਦੀ ਪੋਲਿਟਿਕਸ ਤੋਂ ਉੱਪਰ ਉੱਟ ਕੇ ਇੱਕ ਵਧੀਆ ਸਮਾਜ ਸਿਰਜੀਏ ਤਾਂ ਕਿ ਜਿਵੇਂ ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਐਗਜ਼ਾਮਪਲਸ ਲੈਂਦੇ ਆਂ ਤੇ ਅਸੀਂ ਉਹ ਅੱਜ ਕਿਉਂ ਨਹੀਂ ਕਰ ਸਕਦੇ ਉਹ ਰਾਜ ਕਾਇਮ ਅਸੀਂ ਅੱਜ ਕਿਉਂ ਨਹੀਂ ਕਰ ਸਕਦੇ ਉਹ ਅੱਜ ਵੀ ਕਰ ਸਕਦੇ ਹਾਂ ਬਸ ਗੱਲ ਇਹ ਕਿ ਤੁਹਾਡੇ ਮੇਰੇ ਵਰਗੇ ਜਿਹੜਾ ਯੂਥ ਹੈ ਉਹਨਾਂ ਨੂੰ ਸੱਚ ਦੇ ਰਾਹ ਤੇ ਸੱਚੇ ਸੱਚ ਦੇ ਖੜੇ ਹੋਣ ਦੀ ਲੋੜ ਹੈ ਮੈਨੂੰ ਬਹੁਤ ਬਹੁਤ ਧੰਨਵਾਦ ਤੇ ਗੱਲ ਕੀਤੀ ਕਿਉਂਕਿ ਲਗਾਤਾਰ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਅਤੇ ਕਤੇ ਕਈ ਮਸਲੇ ਵੀ ਜਿਹੜੇ ਨੇ ਸਾਹਮਣੇ ਆਉਂਦੇ ਨੇ ਪਰ ਅਵੇਰਨੈਸ ਕਿਸ ਤਰ੍ਹਾਂ ਹੋ ਸਕਦੀ ਹੈ ਕਿਉਂਕਿ ਸਿੱਕਿਸ ਰੂਪ ਪਾ ਕੇ ਬਾਣੇ ਦੇ ਵਿੱਚ ਪੂਰਾ ਕਈ ਲੋਕ ਜਿਹੜੇ ਨੇ ਬਾਣੇ ਦੇ ਵਿੱਚ ਪੂਰਾ ਬਾਣਾ ਪਾ ਕੇ ਵੀ ਇਹ ਇਦਾਂ ਦੀਆਂ ਗੰਦੀ ਹਰਕਤਾਂ ਕਰਦੇ ਨੇ ਜਾਂ ਫਿਰ ਚੋਰੀ ਚਿਕਾਰੀ ਕਰਦੇ ਨੇ ਜਾਂ ਫਿਰ ਨਸ਼ਾ ਨੁਸ਼ਾ ਜਿਹੜਾ ਕਰਦੇ ਨੇ ਸਪਲਾਈ ਕਰਦੇ ਨੇ ਇਸ ਨੂੰ ਕਿਸ ਤਰ੍ਹਾਂ ਠੱਲ ਪਾਇਆ ਜਾ ਸਕਦਾ ਹੈ ਅਵੇਰਨੈਸ ਕਿਸ ਤਰ੍ਹਾਂ ਪਹੁੰਚਾਈ ਜਾ ਸਕਦੀ ਹੈ ਤੇ ਬਾਬਾ ਜੀ ਨੇ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਸਨ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਬਿੜੀ ਜਨਲਿਸ ਹਰਿੰਦਰ ਤੇ ਨਾਲ ਦਾ ਫੈਕਟ ਨਿਊਜ਼ ਮੋਹਾਲੀ